ਇੱਕ ਸਰੀ ਦੇ ਵਿੱਚ ਪੁਲਿਸ ਨੇ ਪ੍ਰੋਗਰਾਮ ਲਾਂਚ ਕੀਤਾ ਆ ਤੇ ਉਹਦਾ ਕਾਰਨ ਇਹ ਆ ਕਿ ਜਿਹੜੇ ਕੈਟਾਲਿਟਿਕ ਕਨਵਰਟਰ ਆ ਗੱਡੀਆਂ ਦੇ ਵਿੱਚ ਚੋਰੀ ਹੋ ਰਹਾ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣ ਦਾ ਯਤਨ ਕੀਤਾ ਜਾ ਰਿਹਾ ਤੇ ਉਹ ਹੁਣ ਕਹਿੰਦੇ ਆ ਵੀ 45% ਤੱਕ ਜਿਹੜੇ ਇੱਥੇ ਆ ਉਹ ਘਟ ਜਾਣਗੇ ਆ ਇਹ ਜਿਹੜਾ ਕੈਟਾਲਿਟਿਕ ਕਨਵਰਟਰ ਹੈ ਇੱਕ ਬਹੁਤ ਵੱਡੀ ਸਮੱਸਿਆ ਤੁਸੀਂ ਜਾਣਦੇ ਆ ਕਿ ਇੱਥੇ ਇੱਕ ਬਣੀ ਹੋਈ ਆ ਤੇ ਜਿਹੜਾ ਇਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਘਟ ਜਾਵੇ ਸਾਰੇ ਥਾਵਾਂ ਦੇ ਉੱਤੇ ਪਰ ਇਹ ਸਮੱਸਿਆ ਜਿਹੜੀ ਆ ਹਟ ਨਹੀਂ ਰਹੀ ਕਾਰ ਦੇ ਥੱਲੇ ਜਿਹੜਾ ਉਹਦਾ ਐਗਜ਼ੌਸਟ ਆ ਉਹਦੇ ਵਿੱਚ ਇੱਕ ਪੁਰਜ਼ਾ ਲੱਗਾ ਹੁੰਦਾ ਜਿਹਨੂੰ ਕੈਟਾਲਿਟਿਕ ਕਨਵਰਟਰ ਕਹਿੰਦੇ ਆ ਤੇ ਉਹ ਕੈਟਾਲਿਟਿਕ ਕਨਵਰਟਰ ਬੇਸਿਕਲੀ ਜਿਹੜਾ ਮਤਲਬ ਜਿਹੜਾ ਦਾ ਹਾਰਮਫੁਲ ਗੈਸਸ ਹੁੰਦੀਆਂ ਉਹਨੂੰ ਲੈਸ ਹਾਰਮਫੁਲ ਗੈਸਸ ਦੇ ਵਿੱਚ ਕਨਵਰਟ ਕਰਦਾ ਤੇ ਉਹ ਫਿਰ ਜਿਹੜਾ ਬਾਹਰ ਧੂਆ ਨਿਕਲਦਾ ਉਹਨਾਂ ਹਾਨੀਕਾਰਕ ਨਹੀਂ ਹੁੰਦਾ ਉਹ बिकਦਾ ਬਹੁਤ ਮਹਿੰਗਾ ਆ ਉਹ ਕਿੰਨੇ ਮਤਲਬ 1000 ਡਾਲਰ ਤੱਕ ਵੀ ਕਹਿੰਦੇ ਉਹ ਵਿਕ ਜਾਂਦਾ ਜਦੋਂ ਉਹਨੂੰ ਕੱਢ ਕੇ ਵੇਚਦੇ ਆ ਤੇ ਉਹਨੂੰ ਲੱਗਦੇ 1-2 ਮਿੰਟ ਹੀ ਆ ਗੱਡੀ ਦੇ ਥੱਲੇ ਪਾ ਕੇ ਤੇ ਉਹਨੂੰ ਉਹ ਲਾ ਲੈਂਦੇ ਆ ਦੂਜਾ ਇਹਦਾ ਇਲਾਜ ਕੋਈ ਨਹੀਂ ਹੁਣ ਜੇ ਕੋਈ ਕਰ ਸਕਦਾ ਬਾਹਰ ਗੱਡੀ ਖੜੀ ਆ ਤੈਨੂੰ ਕਿੱਦਾਂ ਰੋਕ ਸਕਦੇ ਆ ਦੋ ਨਟ ਖੋਲਣੇ ਆ ਉਹ ਲਾ ਕੇ ਇਹਨੂੰ ਲੈ ਜਾਂਦੇ ਤੇ ਪਤਾ ਉਦੋਂ ਲੱਗਦਾ ਜੇ ਤੁਸੀਂ ਗੱਡੀ ਚਲਾਉਨੇ ਆ ਤੇ ਉਹਦੀ ਆਵਾਜ਼ ਬਦਲੀ ਹੁੰਦੀ ਆ ਹੁਣ ਇਹਨਾਂ ਨੇ ਇੱਕ ਕੰਮ ਕੀਤਾ ਆ ਉਹ ਕਹਿੰਦੇ ਵੀ ਜਿਹੜਾ ਇਹਨੂੰ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾਵੇ ਕਿ ਜਿਹੜਾ ਜਿਹੜਾ ਹੁਣ ਉਹ ਜੇ ਲੱਭ ਵੀ ਜਾਵੇ ਤੇ ਇਹ ਨਹੀਂ ਪਤਾ ਲੱਗਦਾ ਕਿਹੜਾ ਕਿਹਦਾ ਆ ਤੇ ਇਹਨੂੰ ਕਿਹਾ ਜਾ ਰਿਹਾ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਤੇ ਨੰਬਰ ਲਾਇਆ ਜਾਵੇ ਜਿਹੜੇ ਇਹ ਐਡਵੈਂਟਨ ਦੇ ਵਿੱਚ ਵੀ ਇਹੀ ਕੈਂਪੇਨ ਸ਼ੁਰੂ ਹੋਈ ਸੀ ਉੱਥੇ ਕਿ ਉਹਨੂੰ ਜਿਹੜਾ ਵਨ ਨੰਬਰ ਆ ਉਹਦੇ ਉੱਤੇ ਗਰੇਵ ਕਰ ਦਿੰਦੇ ਆ ਉਹਦੇ ਤੇ ਉਕੜ ਦਿੰਦੇ ਆ ਤੇ ਉਹ ਤੁਹਾਡੀ ਕਾਰ ਦੇ ਥੱਲੇ ਫਿਰ ਜੇ ਕਹਾਂ ਉਹ ਜਿਹੜਾ ਉਹਨਾਂ ਨੇ ਤੇ ਇਹ ਵੀ ਕੀਤਾ ਵੀ ਕੋਈ ਵੇਚ ਹੀ ਨਹੀਂ ਸਕਦਾ ਉਹਨੂੰ ਉਹ ਨੰਬਰ ਹੋਊਗਾ ਤੇ ਉਹਨੂੰ ਉਸ ਤਰੀਕੇ ਦੇ ਨਾਲ ਹੀ ਕੀਤਾ ਜਾਂਦਾ ਹੁਣ ਇਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਕਹਿੰਦੇ ਕੋਈ ਕੋਸਟ ਨਹੀਂ ਤੁਸੀਂ ਵਹੀਕਲ ਉੱਥੇ ਲੈ ਕੇ ਜਾਓ ਤੇ ਉੱਥੇ ਜਿਹੜਾ ਓਨਰ ਆ ਫਿਰ ਉਹਨੂੰ ਆਇਡੈਂਟੀਫਾਈ ਕਰਨਾ ਸੌਖਾ ਹੋ ਜਾਊਗਾ ਬਈ ਜਿਹੜਾ ਇੱਕ ਮਤਲਬ ਡੀਕਲ ਜਆ ਲਾ ਦੇਣਗੇ ਉਹ ਕਾਰ ਦੀ ਵਿੰਡੋ ਦੇ ਉੱਤੇ ਜਿਹਦੇ ਨਾਲ ਇਹ ਹੋਊਗਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ ਆ ਪੁਲਿਸ ਦੇ ਕਹਿਣ ਅਨੁਸਾਰ ਇਹਦੇ ਨਾਲ ਫਿਰ ਜਿਹੜਾ ਕਾਰ ਦੇ ਵਿੱਚੋਂ ਜਿਹੜਾ ਚੋਰੀ ਹੋਇਆ ਤੇ ਗਾਂ ਲੱਭਿਆ ਉਹਨਾਂ ਦੋਵਾਂ ਨੂੰ ਜੋੜਨਾ ਥੋੜਾ ਜਿਹਾ ਸੌਖਾ ਹੋ ਜਾਊਗਾ ਇਦੇ ਨਾਲ ਇੱਕ ਐਕਸਟਰਾ ਲੇਅਰ ਮਤਲਬ ਮਿਲ ਜੂਗੀ ਰੀ ਅਸ਼ੋਰੈਂਸ ਦੀ ਵਹੀਕਲ ਓਨਰ ਨੂੰ ਤੇ ਪੁਲਿਸ ਨੂੰ ਇੱਕ ਕੰਡੀਸ਼ਨਲ ਟੂਲ ਮਿਲ ਜੂਗਾ ਉਹਦੇ ਨਾਲ ਅਦਰਵਾਈਜ਼ ਜਿਹੜਾ ਇਹ ਬਹੁਤ ਡਿਫਿਕਲਟ ਹੈ ਜਿਹੜੇ ਸਟੈਟਿਸਟਿਕਸ ਦਿੱਤੇ ਜਾ ਰਹੇ ਉਹਦੇ ਅਨੁਸਾਰ 2143 ਜਿਹੜੇ ਥੈਫਟਾ ਲਾਸਟ ਈਅਰ ਹੋਏ ਆ ਤੇ 6 ਹਰ ਦਿਨ ਦੇ ਵਿੱਚ ਲਗਭਗ ਹੋ ਰਿਹਾ ਇੱਥੇ ਕੈਟਾਲਿਟਿਕ ਕਨਵਰਟਰ ਚੋਰੀ ਆਈਸੀਬੀਸੀ ਦੇ ਜਿਹੜੇ ਇਨਸ਼ੋਰਰ ਆ ਉਹ ਵੀ ਦੱਸ ਰਹੇ ਆ ਕਿ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਵਾਧਾ ਹੋਇਆ ਗਿਣਤੀ ਦੇ ਵਿੱਚ ਬਹੁਤ ਸਾਰਾ ਵਾਧਾ ਹੋ ਗਿਆ ਔਰ ਦੂਜਾ ਇਹ ਆ ਕਿ ਅ 1 ਮਿੰਟ ਤੋਂ ਘੱਟ ਸਮਾਂ ਲੱਗਦਾ ਇਹਨੂੰ ਚੋਰੀ ਕਰਨ ਦੇ ਲਈ ਤੇ ਚੋਰ ਬਹੁਤ ਖਾਸ ਤੌਰ ਤੇ ਇਧਰਲੇ ਪਾਸੇ ਜਾਂਦੇ ਆ ਕਿਉਂਕਿ ਚੋਰੀ ਕਰਨਾ ਸੌਖਾ ਬਹੁਤ ਆ ਤੇ ਦੂਜਾ ਵਿਕਦਾ ਬਹੁਤ ਮਹਿੰਗਾ ਆ ਸਰਕਾਰ ਹੁਣ ਜਿੱਤਾਂ ਇਹ ਕਰ ਰਹੀ ਆ ਵੀ ਜਿੱਥੇ ਵਿਕਦਾ ਆ ਜਾਂ ਤਾਂ ਉਹਨਾਂ ਨੂੰ ਰੋਕਿਆ ਜਾਵੇ ਜਾਂ ਚੋਰੀ ਕਰਨ ਵਾਲੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਇਹ ਕੁਛ ਨਾ ਕੁਛੇ ਦਾ ਹੋ ਸਕਦਾ ਤੁਸੀਂ ਵੀ ਜੇਕਰ ਜਿਹੜੇ ਹੈਗੇ ਆ ਔਰ ਬਿਜ਼ਨਸ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਉਹ ਸਾਰੇ आरसीएमਪੀ ਨੂੰ ਕੰਟੈਕਟ ਕਰ ਸਕਦੇ ਆ ਸਾਰੇ ਬਿਜ਼ਨਸ ਦੇ grc.ca ਜਾਂ grc.gc.ca ਦੇ ਉੱਤੇ ਜਾ ਕੇ ਕੰਟੈਕਟ ਕੀਤਾ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ